ਪਠਾਨਕੋਟ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਉੱਪਰ ਸਵਾਲ ਚੁੱਕੇ ਹਨ। ਡੇਰਾ ਬਾਬਾ ਨਾਨਕ 'ਚ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਵੱਲੋਂ ਚੌਕਸ ਕਰਨ ਦੇ ਬਾਵਜੂਦ ਸਰਕਾਰਾਂ ਵੱਲੋਂ ਸਮੇਂ ਸਿਰ ਕੋਈ ਕਦਮ ਨਹੀਂ ਚੁੱਕਿਆ ਗਿਆ, ਜਿਸ ਦਾ ਖਮਿਆਜ਼ਾ ਹੁਣ ਸਾਡੇ ਦੇਸ਼ ਦੇ ਜਵਾਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਭੁਗਤਣਾ ਪਿਆ ਹੈ। ਉਹਨਾਂ ਕਿਹਾ ਕਿ ਜਦ ਵੀ ਭਾਜਪਾ ਦੀ ਸਰਕਾਰ ਸੱਤਾ ਵਿੱਚ ਹੁੰਦੀ ਹੈ ਤਾਂ ਦੇਸ਼ 'ਚ ਅੱਤਵਾਦੀ ਹਮਲੇ ਹੁੰਦੇ ਹਨ। ਉਹਨਾਂ ਕਿਹਾ ਕਿ ਇਸ ਹਮਲੇ ਲਈ ਕੇਂਦਰ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ ਅਤੇ ਇਸ ਹਮਲੇ ਨਾਲ ਇੱਕ ਵਾਰ ਮੁੜ ਦੋਵਾਂ ਸਰਕਾਰਾਂ ਦੀ ਨਲਾਇਕੀ ਸਾਹਮਣੇ ਆਈ ਹੈ। ਉਹਨਾਂ ਇਸ ਮੌਕੇ ਮੁੱਖ ਮੰਤਰੀ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਉੱਪਰ ਵੀ ਕਈ ਸਿਆਸੀ ਹਮਲੇ ਕੀਤੇ। ਦੇਖੋ, ਇਹ ਬੜੀ ਵੱਡੀ ਕੌਨਸਪਰੇਸੀ ਲੱਗਦੀ ਹੈ। ਆਪਾਂ ਇੱਥੇ ਬਾਰਡਰ 'ਤੇ ਖੜ੍ਹੇ, ਡੇਰਾ ਬਾਬਾ ਨਾਨਕ ਇੱਥੋਂ ਹਾਰਡਲੀ ਅੱਧੇ ਕਿਲੋਮੀਟਰ 'ਤੇ ਬਾਰਡਰ ਆ, ਔਰ ਉਸ ਅਟੈਕ ਤੋਂ ਬਾਅਦ ਪਹਿਲੇ ਅਟੈਕ ਤੋਂ ਵੀ ਜਿਹੜਾ ਹੋਇਆ ਸੀ ਦੀਨਾ ਨਗਰ ਵਾਲਾ, ਅਤੇ ਇਸ ਅਟੈਕ 'ਚ ਵੀ ਲੋਕ ਬੜੇ ਸਹਿਮ 'ਚ ਬੈਠੇ ਨੇ। ਔਰ ਦੇਖੋ, ਬੜੀ ਇੱਕ ਸੋਚਣ ਵਾਲੀ ਗੱਲ ਹੈ ਕਿ ਐਸ ਪੀ ਲੈਵਲ ਦਾ ਬੰਦਾ ਰਾਤ ਨੂੰ ਉਸ ਬਾਰਡਰ 'ਤੇ ਕੀ ਕਰਨ ਗਿਆ। ਪਹਿਲਾਂ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਇੱਕ ਪ੍ਰਾਈਵੇਟ ਆਦਮੀ ਨੂੰ ਲੈ ਕੇ ਬਾਰਡਰ ਦੇ ਉੱਪਰ ਜਾ ਰਿਹਾ ਅਤੇ ਉੱਥੋਂ ਫਿਰ ਉਹ ਅਗਵਾ ਹੋ ਰਿਹਾ। ਔਰ ਮੇਰਾ ਖਿਆਲ ਹੈ ਕਿ ਪੂਰਾ ਦਿਨ 24 ਘੰਟੇ ਅਸੀਂ ਉਹਦੀ ਗੱਲ 'ਤੇ ਵਿਸ਼ਵਾਸ ਨਹੀਂ ਕਰ ਰਹੇ, ਜਾਂ ਉਹਦੇ ਅਸੀਂ ਉਹ ਕਰ ਨਹੀਂ ਸਕੇ ਕਿ ਅਲਰਟ ਰੈੱਡ ਅਲਰਟ ਹੋਣ ਦੇ ਬਾਵਜੂਦ ਗਵਰਨਮੈਂਟ ਆਫ ਇੰਡੀਆ ਨੇ ਦੱਸਿਆ ਹੋਏ ਕਿ ਦੁਬਾਰਾ ਗੁਰਦਾਸਪੁਰ ਡਿਸਟ੍ਰਿਕਟ 'ਚ ਹਮਲਾ ਹੋ ਸਕਦਾ। ਇਹ ਬੜੀ ਵੱਡੀ ਨਲਾਇਕੀ ਔਰ ਰਹੀ ਆ। ਪ੍ਰਾਈਮ ਮਿਨਿਸਟਰ ਜਦੋਂ ਵੀ ਜਾਂਦਾ ਪਾਕਿਸਤਾਨ ਦੇ ਵਿੱਚ, ਜੇ ਵਾਜਪਾਈ ਜੀ ਗਏ ਉਸ ਵੇਲੇ ਵੀ ਹੋਇਆ, ਜੇ ਹੁਣ ਪ੍ਰਧਾਨ ਮੰਤਰੀ ਨੇ ਏਡੀ ਵੱਡੀ ਫੌਜ ਲੈ ਕੇ 120 ਬੰਦਿਆਂ ਦੀ, ਔਰ ਉੱਥੇ ਜਾ ਕੇ ਹੀ ਉਹਨਾਂ ਦੇ ਵੀਜ਼ੇ ਲੱਗੇ ਹੋਣ ਅਤੇ ਉਹਦੇ ਆਉਣ ਤੋਂ 2 ਦਿਨ ਬਾਅਦ ਹੀ ਇੱਥੇ ਅਟੈਕ ਹੋ ਜੇ, ਅੱਜ ਉਹਨਾਂ ਪਾਕਿਸਤਾਨ ਵਾਲਿਆਂ ਨੇ ਬੜੀ ਸਾਡੇ ਮੂੰਹ 'ਤੇ ਕਰਾੜੀ ਚਪੇਟ ਮਾਰੀ ਆ। ਅਤੇ ਮੇਰੇ ਖਿਆਲ 'ਚ ਓਨੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਆ ਜਿੰਨੀ ਪੰਜਾਬ ਸਰਕਾਰ ਦੀ ਹੈ, ਦੋਨਾਂ ਦੀ ਕੋਆਰਡੀਨੇਸ਼ਨ ਦੇ ਨਾਲ ਇਹ ਅੱਤਵਾਦ ਰੁਕਣਾ। ਇੱਕ ਦੂਜੇ ਨੂੰ ਜੇ ਬਲੇਮ ਕਰਨਗੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਆਪਣੇ ਤੋਂ ਪੰਡ ਲਾ ਕੇ ਪਰੇ ਸੁੱਟਦੇ ਨੇ ਦੂਸਰੇ ਵੱਲ ਨੂੰ ਕਿ ਉਹਦੇ 'ਤੇ ਭਾਰ ਪੈ ਜੇ, ਇਹਨਾਂ ਨੂੰ ਭਾਰ ਆਪਣੇ 'ਤੇ ਲੈਣਾ ਪਏਗਾ। ਸੁਖਬੀਰ ਬਾਦਲ ਜਿਹੜਾ ਹੋਮ ਮਿਨਿਸਟਰ ਆ ਉਹਨੂੰ ਇਹਦਾ ਜਵਾਬ ਦੇਣਾ ਪਏਗਾ। ਕੀ ਚੀਜ਼ ਹੈ ਕਿ ਉਦੋਂ ਵੀ ਡੀ ਜੀ ਪੀ 5 ਘੰਟੇ ਬਾਅਦ ਪਹੁੰਚਿਆ ਅਤੇ ਹੁਣ ਵਾਲਾ ਡੀ ਜੀ ਵੀ 5 ਘੰਟੇ ਬਾਅਦ ਪਹੁੰਚਿਆ, ਕਿਉਂ ਨਹੀਂ ਚੋਪਰ ਉਹਨਾਂ ਨੂੰ ਦਿੰਦੇ? ਕਿਉਂ ਨਹੀਂ, ਜੇ ਇੰਨੀ ਸੈਂਸਿਟਿਵ ਸਟੇਟ ਹੈ ਕਿਉਂ ਆਪਣੇ ਪਿਓ ਪੁੱਤ ਲਈ ਇਹਨਾਂ ਨੇ ਰੱਖਿਆ? ਕਿਉਂ ਨਹੀਂ ਪੰਜਾਬ ਪੁਲਿਸ ਨੂੰ ਉਹੀ ਹੈਲੀਕਾਪਟਰ ਦਿੰਦੇ? ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਾਰੇ ਇਹ ਬਲੇਮ ਮੇਰੇ ਖਿਆਲ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵੱਧ ਜ਼ਿੰਮੇਵਾਰੀ ਬਣਦੀ ਆ, ਕਿਉਂਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੇ। ਇਹਨਾਂ ਨੂੰ ਦੂਜੀ ਜੇ ਪੈਸਾ ਜੇ ਉਹ ਵੀ ਕਿਹੜੇ ਕੇਂਦਰ ਸਰਕਾਰ ਨੇ, ਤਾਂ ਫਿਰ ਤੁਸੀਂ ਮੁੱਖ ਮੰਤਰੀ ਕਦ ਲਈ ਬਣੀ ਬੈਠੇ ਹੋ? ਫਿਰ ਜੇ ਕੇਂਦਰ ਸਰਕਾਰ ਨੇ ਦੇਖਣਾ ਸਾਰਾ ਕੁਝ, ਤਾਂ ਉਹਨਾਂ ਤੋਂ ਪ੍ਰੈਜੀਡੈਂਟ ਰੂਲ ਕਰਨ, ਆਪੇ ਦੇਖਣ ਫਿਰ ਪੰਜਾਬ ਦੇ ਵਿੱਚ ਕਿ ਅੱਤਵਾਦ ਕਿੱਥੋਂ ਆ ਰਿਹਾ, ਕਿਦੋਂ ਕਿਹੜੇ ਪਾਸਿਓਂ ਉਹ ਆਣ ਕੇ ਇਹਨਾਂ ਨੂੰ ਦੇਖ ਰਹੇ ਨੇ। ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ, 5 ਆਪ ਟੁਡੇ।